ਕੈਨੇਡਾ ਦੇ ਵਿੱਚ ਕਾਫੀ ਲੋਕ ਜਿਹੜੇ ਇਸ ਟਾਈਮ ਰਿਫਿਊਜ਼ ਹੋ ਰਹੇ ਨੇ ਵੀਜ਼ਾ ਜਿਨ੍ਹਾਂ ਦੇ, ਪਹਿਲੀ ਗੱਲ ਤਾਂ ਹੈ ਕਿ ਕੈਨੇਡਾ ਵਿੱਚ ਇਸ ਟਾਈਮ ਜਿਹੜੀ ਆਟੋ ਰਿਫਿਊਜ਼ਲ ਹੈ ਉਹ ਬੰਦ ਹੋ ਚੁੱਕੀ ਹੈ। ਬਹੁਤ ਘੱਟ ਕੇਸ ਦੇ ਵਿੱਚ ਜਿਹੜੀ ਆਟੋ ਰਿਫਿਊਜ਼ਲ ਆ ਰਹੀ ਹੈ, ਜਿਵੇਂ ਕਿ ਪਹਿਲਾਂ 2-3 ਮਹੀਨੇ ਪਹਿਲਾਂ ਕੀ ਸੀਗਾ ਕਿ ਜਦੋਂ ਤੁਸੀਂ ਫਾਈਲ ਲਾ ਰਹੇ ਸੀਗੇ ਤਾਂ ਵਿਦਇਨ 7-8 ਡੇਜ਼ ਦੇ ਵਿੱਚ ਤੁਹਾਡੀ ਫਾਈਲ ਜਿਹੜੀ ਹੈ ਰਿਜੈਕਟ ਹੋ ਕੇ ਆ ਜਾਂਦੀ ਸੀ, ਆਟੋ ਰਿਫਿਊਜ਼ਲ ਸੀਗੀ, ਯਾਨੀ ਸਿਸਟਮ ਹੀ ਉਹਨੂੰ ਰਿਫਿਊਜ਼ ਕਰ ਰਿਹਾ ਸੀ। ਬਟ ਉਹ ਚੀਜ਼ ਬਹੁਤ ਘੱਟ ਗਈ ਹੈ ਇਸ ਟਾਈਮ, ਜਿਹੜੇ ਰਿਜ਼ਲਟਸ ਨੇ ਥੋੜ੍ਹੀ ਲੇਟ ਆਉਣੇ ਸ਼ੁਰੂ ਹੋ ਗਏ ਨੇ, ਜਿਵੇਂ ਕਿ ਜਦੋਂ ਤੁਸੀਂ ਫਾਈਲ ਲਾਉਂਦੇ ਹੋ ਬਾਇਓਮੈਟ੍ਰਿਕ ਤੋਂ ਬਾਅਦ ਤੁਹਾਡੇ ਰਿਜ਼ਲਟ ਜਿਹੜੇ ਆ 1 ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਵੀ ਆਉਂਦੇ ਨੇ। ਬਟ ਉਹਦੇ ਵਿੱਚ ਪੋਜ਼ਿਟਿਵ ਚੀਜ਼ ਇਹ ਹੈ ਕਿ ਰਿਜ਼ਲਟ ਜਿਹੜੇ ਨੇ ਜ਼ਿਆਦਾ ਵਧੀਆ ਆ ਰਹੇ ਨੇ। ਅਤੇ ਜੇ ਤੁਹਾਡਾ ਪਹਿਲਾਂ ਰਿਫਿਊਜ਼ ਹੋਇਆ ਆ ਆਟੋ ਰਿਫਿਊਜ਼ਲ ਦੇ ਟਾਈਮ 'ਤੇ, ਤੁਸੀਂ ਦੁਬਾਰਾ ਅਪਲਾਈ ਕਰਨ ਤੋਂ ਰੁਕੇ ਹੋਏ ਸੀਗੇ, ਵੇਟ ਕਰ ਰਹੇ ਸੀਗੇ, ਇਹ ਟਾਈਮ ਤੁਹਾਡੇ ਲਈ ਵਧੀਆ, ਕਿਉਂਕਿ ਇਸ ਟਾਈਮ ਫਾਈਲ ਜਿਹੜੀਆਂ ਨੇ ਵੀਜ਼ਾ ਅਫਸਰ ਵੱਲੋਂ ਚੈੱਕ ਹੋ ਰਹੀਆਂ ਨੇ। ਅਤੇ ਜਿਨ੍ਹਾਂ ਦੇ ਪਹਿਲਾਂ ਆਟੋ ਰਿਫਿਊਜ਼ਲ ਆਏ ਹੋਏ ਨੇ ਉਹਨਾਂ ਨੂੰ ਜ਼ਰੂਰ ਦੁਬਾਰਾ ਰੀਅਪਲਾਈ ਕਰ ਲੈਣਾ ਚਾਹੀਦਾ, ਕਿਉਂਕਿ ਇਸ ਟਾਈਮ ਰਿਜ਼ਲਟ ਉਹਨਾਂ ਨੂੰ ਵਧੀਆ ਮਿਲ ਸਕਦੇ ਜੋ ਐਲੀਜੀਬਲ ਸੀਗੇ ਬਟ ਸਿਸਟਮ ਨੇ ਉਹਨਾਂ ਨੂੰ ਰਿਫਿਊਜ਼ ਕਰਤਾ ਸੀਗਾ। ਅਤੇ ਇਸ ਟਾਈਮ ਬਸ ਧਿਆਨ ਰੱਖਿਓ ਕਿ ਤੁਹਾਡੀ ਫਾਈਲ ਜ਼ਰੂਰ ਐਲੀਜੀਬਲ ਹੋਵੇ, ਜੇ ਫਾਈਲ ਐਲੀਜੀਬਲ ਨਹੀਂ ਹੈਗੀ ਫਿਰ ਬਿਲਕੁਲ ਵੀ ਅਪਲਾਈ ਨਾ ਕਰੋ। ਇਹ ਨਾ ਸੋਚੋ ਕਿ ਉਸ ਟਾਈਮ ਤੁਹਾਡਾ ਰਿਫਿਊਜ਼ ਸੀਗਾ ਅਤੇ ਹੁਣ ਅਪਲਾਈ ਕਰੋਗੇ ਤੁਹਾਨੂੰ ਵੀਜ਼ਾ ਮਿਲ ਜਾਏਗਾ, ਇਸ ਤਰੀਕੇ ਨਾਲ ਨਹੀਂ ਹੈਗਾ। ਫਾਈਲ ਦੀ ਐਲੀਜੀਬਿਲਟੀ ਹੋਣੀ ਬਹੁਤ ਜ਼ਰੂਰੀ ਹੈ। ਅਤੇ ਫਾਈਲ ਦੀ ਐਲੀਜੀਬਿਲਟੀ ਚੈੱਕ ਕਰਨ ਦਾ ਇੱਕੋ ਤਰੀਕਾ ਹੈ ਕਿ ਤੁਹਾਡੀ ਆਪਣੀ ਫਾਈਲ ਨੂੰ ਖੁਦ ਵੀ ਚੈੱਕ ਕਰ ਸਕਦੇ ਹੋ, ਅਸੀਂ ਕਾਫੀ ਜਿਹੜੀ ਵੀਡੀਓਜ਼ ਨੇ ਪਹਿਲਾਂ ਹੀ ਬਣਾਈਆਂ ਹੋਈਆਂ ਨੇ। ਅਤੇ ਨਾਲ ਦੀ ਨਾਲ ਇੱਕ ਤਰੀਕਾ ਹੋਰ ਹੈ ਕਿ ਸਾਡੀ ਟੀਮ ਨੂੰ ਆਪਣੇ ਡਾਕੂਮੈਂਟ ਭੇਜੋ, ਦਿੱਤੇ ਗਏ ਨੰਬਰ 'ਤੇ ਵਟਸਐਪ ਕਰੋ, ਸਾਡੀ ਟੀਮ ਤੁਹਾਡੀ ਫਾਈਲ ਨੂੰ ਚੈੱਕ ਕਰੇਗੀ, ਦੈਨ ਤੁਹਾਨੂੰ ਗਾਈਡ ਕਰੇਗੀ ਕਿ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਕਿਉਂਕਿ ਜੇ ਉਸ ਤਰੀਕੇ ਨਾਲ ਤੁਸੀਂ ਆਪਣੀ ਫਾਈਲ ਨੂੰ ਐਲੀਜੀਬਿਲਟੀ ਚੈੱਕ ਕਰਕੇ ਅਪਲਾਈ ਕਰਾਓਗੇ, ਤੁਹਾਡੇ ਰਿਜ਼ਲਟ ਤੁਹਾਨੂੰ ਵਧੀਆ ਦੇਖਣ ਨੂੰ ਮਿਲਣਗੇ। ਸਾਡੀ ਟੀਮ ਤੁਹਾਨੂੰ ਪਹਿਲਾਂ ਹੀ ਦੱਸ ਦੇਗੀ ਕਿ ਤੁਹਾਨੂੰ ਫਾਈਲ ਐਲੀਜੀਬਲ ਹੈ ਜਾਂ ਨਹੀਂ ਹੈ, ਤੁਹਾਨੂੰ ਅਪਲਾਈ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ।